ਅਗਲੀ ਖਬਰ ਅਰਾਈਵ ਕੈਨ ਐਪ ਬਾਰੇ ਆ ਅਰਾਈਵ ਕੈਨ ਐਪ ਤੁਹਾਨੂੰ ਪਤਾ ਕਿ ਜਦੋਂ ਕੋਈ ਬੰਦਾ ਬਾਹਰੋਂ ਜਾ ਕੇ ਕੈਨੇਡਾ ਵਾਪਸ ਆਉਂਦਾ ਉਹਨੂੰ ਇੱਕ ਐਪ ਆ ਫੋਨ ਦੇ ਉੱਤੇ ਅਰਾਈਵ ਕੈਨ ਉਹਦੇ ਉੱਤੇ ਆਪਣੀ ਇਨਫਰਮੇਸ਼ਨ ਭਰਨੀ ਪੈਂਦੀ ਹੈ ਲਗਾਤਾਰੇ ਅਰਾਈਵ ਕੈਨ ਐਪ ਦੇ ਉੱਤੇ ਕੰਟਰੋਵਰਸੀ ਹੁੰਦੀ ਰਹੀ ਹੈ ਜਦੋਂ ਦੀ ਇਹ ਸ਼ੁਰੂ ਹੋਈ ਆ ਉਦੋਂ ਤੋਂ ਲੈ ਕੇ ਇਹਦੇ ਬਾਰੇ ਗੱਲਬਾਤ ਹੁੰਦੀ ਰਹੀ ਕੁਝ ਲੋਕ ਕਹਿੰਦੇ ਜ਼ਰੂਰੀ ਆ ਕੁਝ ਲੋਕ ਕਹਿੰਦੇ ਇਹਦਾ ਕੋਈ ਫਾਇਦਾ ਕੋਈ ਨਹੀਂ ਤੇ ਹੁਣ ਫੇਰ ਇਹ ਜਿਹੜੀ ਚਰਚਾ ਦੇ ਵਿੱਚ ਇੱਕ ਹੋਰ ਅਫੇਅਰ ਅਰਾਈਵ ਕੈਨ ਐਪ ਆਈ ਆ ਬਹੁਤ ਲੋਕ ਇਹਨੂੰ ਮੰਨ ਮੰਗ ਕਰ ਰਹੇ ਵੀ ਇਹਨੂੰ ਨਹੀਂ ਕਰਦੇਓ ਇਹਨੂੰ ਬੰਦ ਕਰਦੇਓ ਹੁਣ ਵੀ ਇਹਦਾ ਕੋਈ ਫਾਇਦਾ ਨਹੀਂ ਹੈ ਪਰ ਦੂਜੇ ਪਾਸੇ ਜਿਹੜੇ ਅਫੀਸ਼ੀਅਲਸ ਨੇ ਉਹ ਕਹਿ ਰਹੇ ਨੇ ਇਹਦਾ ਫਾਇਦਾ ਹੈਗਾ ਕੁਝ ਲੋਕ ਕਹਿ ਰਹੇ ਵੀ ਇਹ ਬਿਨਾ ਗੱਲ ਤੋਂ 에어ਪੋਰਟ ਦੇ ਉੱਤੇ ਦੇਰੀ ਦਾ ਕਾਰਨ ਬਣ ਰਹੀ ਵੀ ਪਤਾ ਤਾਂ ਇਹਦੇ ਨਾਲ ਕੁਝ ਵੀ ਨਹੀਂ ਲੱਗਦਾ ਨਾ ਤਾਂ ਅਰਾਈਵ ਕੈਂਟ ਤੋਂ ਤੁਸੀਂ ਇਹ ਕਹਿ ਸਕਦੇ ਹੋ ਕਿ ਕੁਆਲੀਫਾਈ ਕਰਦਾ ਬੰਦਾ ਏਂਟਰ ਹੋਣ ਦੇ ਲਈ ਇਹਨੂੰ ਟੈਸਟ ਦੀ ਲੋੜ ਨਹੀਂ ਜੇ ਇਹਨੂੰ ਹੋਰ ਕੋਈ ਕੋਵਿਡ ਦੀ ਉਹ ਆਈਸੋਲੇਸ਼ਨ ਦੀ ਲੋੜ ਨਹੀਂ ਫਿਰ ਇਹਦੇ ਨਾਲ ਹੁੰਦਾ ਕੀ ਆ ਹੁਣ ਉਹਦੇ ਉਲਟ ਜਿਹੜੀ ਕੁਝ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਵੀ ਅਸਲ ਦੇ ਵਿੱਚ ਅਰਾਈਵ ਕੈਂਟ ਡ ਉਹ ਜਿਹੜਾ ਦੇਰੀ ਦਾ ਕਾਰਨ ਬਣ ਰਹੀ ਆ ਫਿਰ ਲੋਕ ਇਹ ਪੁੱਛ ਰਹੇ ਆ ਵੀ ਹੁਣ ਤੱਕ ਕੀਤਾ ਕੀ ਆ ਜੇ ਕਿਸੇ ਨੇ ਰਾਈਵ ਕੈਨ ਨਹੀਂ ਵੀ ਭਰੀ ਤਾਂ ਉਹਦੇ ਨਾਲ ਹੋਇਆ ਕੀ ਆ ਕਿ ਉਹਦੇ ਨਾਲ ਕੀ ਕਿਉਂਕਿ ਇਹ ਇਹਦੇ ਬਾਰੇ ਬਹੁਤ ਡਰਾਉਣੀ ਗੱਲ ਇਹ ਆ ਕਿ ਜੁਰਮਾਨਾ ਬਹੁਤ ਆ ਜੇ ਤੁਸੀਂ ਰਾਈਵ ਕੈਨ ਐਪ ਤੋਂ ਬਿਨਾਂ ਇੱਥੇ ਆਉਨੇ ਆ 5000 ਡਾਲਰ ਤੱਕ ਜੁਰਮਾਨਾ ਕਰ ਦਿੱਤਾ ਜਾਂਦਾ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਸਾਡੇ ਉਮਰਾਂ ਲਗਾਬਰਾ ਉਹਨਾਂ ਨੇ ਇਹ ਹੁਣ ਕਿਹਾ ਕਿ ਜਿਹੜੀ ਇਹ ਜਿਹੜਾ ਡਿਲੇਸ ਨੇ 에어ਪੋਰਟ ਦੇ ਉੱਤੇ ਜਾਂ ਬਾਰਡਰ ਕ੍ਰਾਸਿੰਗ ਦੇ ਉੱਤੇ ਉਹਦੇ ਬਾਰੇ ਬੋਲਿਆ ਕੰਸਰਵਟਿਵ ਐਮਪੀ ਅਰਾਈਵ ਕੈਨ ਨੂੰ ਪੁਆਇੰਟ ਆਊਟ ਕਰ ਰਹੇ ਆ ਕਿ ਇਹ ਜਿਹੜੀਆਂ ਕੰਜੈਸ਼ਨ ਤੇ ਜਿਹੜੀ ਕਸਟਮ ਦੇ ਉੱਤੇ ਲਾਈਨਾਂ ਤੇ ਉੱਥੇ ਭੀੜ ਲੱਗੀ ਆ ਉਹਦਾ ਕਾਰਨ ਅਰਾਈਵ ਕੈਨ ਐਪ ਆ ਕਿ ਇਹਨੂੰ ਤੁਹਾਨੂੰ ਕੁਛ ਨਾ ਕੁਛ ਇਹਦੇ ਬਾਰੇ ਸੋਚਣਾ ਚਾਹੀਦਾ ਆ ਤੇ ਪਰ ਹੁਣ ਉਹ ਕਹਿੰਦੇ ਵੀ ਨਹੀਂ ਇਹ ਅਰਾਈਵ ਕੈਨ ਐਪ ਨਹੀਂ ਆ ਇਹਦਾ ਕਾਰਨ ਉੱਥੇ ਸਟਾਫ ਵੈਸੇ ਘਟਾ ਅਰਾਈਵ ਕੈਨ ਐਪ ਦਾ ਤਾਂ ਜਿਹੜਾ ਬਹਾਨਾ ਬਣ ਰਿਹਾ ਆ ਤੇ ਦੂਜਾ ਜਿਹੜਾ ਲੋਕ ਜਿਹੜੇ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿੱਦਾਂ ਪਹਿਲਾਂ ਦੱਸਿਆ 5000 ਡਾਲਰ ਤੱਕ ਜੁਰਮਾਨਾ ਕੀਤਾ ਜਾਂਦਾ ਫੈਡਰਲ ਗਵਰਨਮੈਂਟ ਦੀ ਇਹ ਵਾਰਨਿੰਗ ਵੀ ਆ ਤੇ 에어 ਟਰੈਵਲ ਜਦੋਂ ਨਵੰਬਰ 2020 ਤੋਂ ਲੈ ਕੇ ਇਧਰਲੇ ਪਾਸੇ ਆਇਆ ਜਾਂਦਾ ਸੀ ਉਦੋਂ ਤੋਂ ਇਹ ਚੀਜ਼ ਲਾਗੂ ਆ ਤੇ ਕਿਹਾ ਜਾ ਰਿਹਾ ਕਿ ਬਾਰਡਰ ਆਫੀਸਰ ਕੁਝ ਕਹਿ ਰਿਹਾ ਕਿ ਕਾਫੀ ਜਿਹੜੀ ਮਤਲਬ ਇਹ ਕਾਫੀ ਅਸਰਦਾਰ ਆ ਤੇ ਇਹਦੇ ਤੋਂ ਬਾਅਦ ਇੰਟਰਨੈਸ਼ਨਲ ਟਰੈਵਲਰ ਜਿਹੜੇ ਸਬਮਿਟ ਨਹੀਂ ਕਰਦੇ ਇਨਫਾਰਮੇਸ਼ਨ ਅਰਾਈਵ ਕਨ ਦੇ ਥਰੂ ਜਾਂ ਅਨਵੈਕਸੀਨੇਟਰ ਨੇ ਉਹਨਾਂ ਨੂੰ ਲਾਓ ਬੈਕ ਕਰ ਦਿੱਤਾ ਜਾਂਦਾ ਪਰ ਨਾਲ ਹੀ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਕੁਆਰੰਟਾਈਨ ਕਰੋ ਤੇ ਜਾਂ ਦੋ ਕੋਵਿਡ-19 ਦੇ ਟੈਸਟ ਜਿਹੜੇ ਇੱਕ ਹਫਤੇ ਦੇ ਫਰਕ ਨਾਲ ਕੀਤੇ ਜਾਂਦੇ ਆ ਉਹ ਟੈਸਟ ਦੇ ਵਿੱਚੋਂ ਵੀ ਜਿਹੜਾ ਲੰਘੋ ਫਿਰ ਉਹਨਾਂ ਨੂੰ ਰਿਮਾਈਂਡਰ ਭੇਜੇ ਜਾਂਦੇ ਕੁਆਰੰਟਾਈਨ ਦੇ ਵਿੱਚ ਇਸੇ ਤਰ੍ਹਾਂ ਉਹਨਾਂ ਨੂੰ ਜਿਹੜੇ ਫੋਨ ਆ ਉਹ ਵੀ ਕੀਤੇ ਜਾਂਦੇ ਆ ਸੋ ਇਸ ਮਾਮਲੇ ਦੇ ਵਿੱਚ ਹੁਣ ਦੋ ਤਰ੍ਹਾਂ ਇੱਕ ਕਹਿ ਰਹੀਆਂ ਕਿ ਰਾਈਵਕਨ ਐਪ ਨਾਲ ਨੁਕਸਾਨ ਬਹੁਤ ਹੁੰਦਾ ਆ ਤੇ ਇਹਨੂੰ ਬੰਦ ਕਰ ਦਿਓ ਇਹਦਾ ਫਾਇਦਾ ਕੋਈ ਨਹੀਂ ਆ ਤੇ ਬਿਨਾਂ ਗੱਲ ਤੋਂ ਡਿਲੇ ਹੋ ਰਿਹਾ ਦੂਜੇ ਪਾਸੇ ਅੰਕੜੇ ਦੱਸ ਰਹੇ ਕਿ ਡਿਲੇ ਰਾਈਵਕਨ ਐਪ ਨਾਲ ਨਹੀਂ ਹੋ ਰਿਹਾ ਕਿਉਂਕਿ ਸਟਾਫ ਹੈ ਨਹੀਂ ਇਸ ਕਰਕੇ ਹੋ ਰਿਹਾ ਹੈ ਮਿਨਿਸਟਰ ਇਸ ਐਪ ਨੂੰ ਅੱਜ ਉਹਨਾਂ ਨੇ ਜਿਹੜਾ ਦੋ ਤਿੰਨ ਦਿਨ ਪਹਿਲਾਂ ਦੀ ਗੱਲਬਾਤ ਸੀਗੀ ਉਹਨਾਂ ਨੇ ਡਿਫੈਂਡ ਕੀਤਾ ਸੀ ਇਸ ਗੱਲਬਾਤ ਦੇ ਉੱਤੇ ਸ਼ੁੱਕਰਵਾਰ ਦੀ ਗੱਲ ਸੀਗੀ ਜਦੋਂ ਮੀਟਿੰਗ ਹੋਈ ਸੀ ਕੰਜ਼ਰਵਟਿਵ ਤੇ ਲਿਬਰਲ ਐਮਪੀ ਦੀ ਤੇ ਉਹਨਾਂ ਨੇ ਇਹਦੇ ਬਾਰੇ ਜਿਹੜਾ ਅਨਾਉਂਸਮੈਂਟ ਕੀਤੀ ਸੀਗੀ ਸੋ ਇਸ ਵੇਲੇ ਕਿਹਾ ਜਾ ਰਿਹਾ ਕਿ ਇਹ ਐਪ ਇਸੇ ਤਰ੍ਹਾਂ ਅਜੇ ਤੱਕ ਚੱਲਦੀ ਰਹੂਗੀ ਸੀਬੀਐਸਏ ਦੇ ਉੱਤੇ ਕੁਝ ਅੰਕ ਜਿਹੜੇ ਅੰਕੜੇ ਆ ਜਿਹੜੇ ਉਹ ਵੀ ਸਾਹਮਣੇ ਆਏ ਸੀ ਕਿ ਹੁਣ ਤੱਕ ਜਿਹੜੇ ਕਿੰਨੇ ਲੋਕ ਆ ਜਿਨ੍ਹਾਂ ਨੂੰ ਜਿਹੜੇ ਇਹ ਥਾਂ ਦੇ ਉੱਤੇ ਜੁਰਮਾਨਾ ਕੀਤਾ ਜਾਂਦਾ ਤੇ ਕਿੰਨਾ ਕੁ ਉਹ ਜੁਰਮਾਨਾ ਹੁੰਦਾ ਆ ਪਰ ਓਵਰਆਲ ਹੁਣ ਕਿਹਾ ਜਾ ਰਿਹਾ ਕਿ ਰਾਈਵ ਕੈਨ ਐਪ ਅਸਲ ਦੇ ਵਿੱਚ ਇੱਕ ਚੰਗੀ ਐਪ ਆ ਤੇ ਇਹ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ ਰਹੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ